ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ ਤੀਸਰੇ ਵਿੱਚ ਅੱਜ ਆਪਾਂ ਮੱਖਣ ਸ਼ਾਹ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਮਾਤਾ ਨਾਨਕੀ ਜੀ ਨੇ ਗੁਰੂ ਅਮਰਦਾਸ ਜੀ ਦੀ ਵੰਸ਼ ਦੇ ਵਿੱਚ ਭਾਈ ਗੜੀਆ ਨਾਮੀ ਸਿੱਖ ਨੂੰ ਚਿੱਠੀ ਲਿਖ ਕੇ ਬਾਬਾ ਬਕਾਲੇ ਆਉਣ ਵਾਸਤੇ ਨਿਉਤਾ ਭੇਜਿਆ ਅਤੇ ਉਸਨੂੰ ਕਿਹਾ ਕਿ ਤੁਸੀਂ ਮੇਰੇ ਸਪੁੱਤਰ ਨੂੰ ਸਮਝਾਓ ਕਿ ਉਹ ਜੱਗ ਵਿੱਚ ਪ੍ਰਗਟ ਹੋਣ। ਭਾਈ ਦਵਾਰਕਾ ਦਾਸ ਉਸ ਸਮੇਂ ਉਹਨਾਂ ਦੀ ਵੰਸ਼ ਵਿੱਚੋਂ ਮੁਖੀ ਸਨ। ਉਹ ਵੀ ਚਿੱਠੀ ਪੜ੍ਹਦੇ ਸਾਰ ਹੀ ਨਾਲ ਚੱਲ ਪਏ। ਬਾਬਾ ਬਕਾਲਾ ਪਹੁੰਚ ਕੇ ਗੁਰੂ ਜੀ ਨੂੰ ਬਹੁਤ ਸਮਝਾਇਆ ਕਿ ਤੁਸੀਂ ਲੁਕ ਕੇ ਕਿਉਂ ਬੈਠੇ ਹੋ, ਸੰਗਤਾਂ ਦਾ ਉਧਾਰ ਕਰੋ। ਫਿਰ ਉਹਨਾਂ ਅੱਗੇ ਉਪਹਾਰ ਧਰ ਕੇ ਅਤੇ ਬੇਨਤੀ ਕਰਕੇ ਕੇਸਰ ਦਾ ਤਿਲਕ ਲਗਾਇਆ। ਕਈ ਦਿਨ ਦਵਾਰਕਾ ਦਾਸ ਜੀ ਸਤਿਗੁਰੂ ਜੀ ਦੇ ਪਾਸ ਠਹਿਰੇ। ਗੁਰੂ ਜੀ ਕਦੇ ਕਦੇ ਬੋਲਦੇ ਸਨ, ਨਹੀਂ ਤਾਂ ਚੁੱਪ ਹੀ ਰਹਿੰਦੇ ਸਨ। ਭਾਈ ਗੜੀਆ ਜੀ ਗੁਰੂ ਜੀ ਦੇ ਪਾਸ ਹੀ ਠਹਿਰ ਗਏ ਅਤੇ ਭਾਈ ਦਵਾਰਕਾ ਜੀ ਵਾਪਸ ਆ ਗਏ। ਗੁਰਤਾ ਵਿੱਚ ਬੜਾ ਰੌਲਾ ਮਚਾਇਆ ਸੀ ਅਤੇ ਸਾਰੇ ਠੀਕ ਨਹੀਂ ਸੀ ਠਹਿਰਾ ਰਹੇ। ਸਾਰੀ ਸਿੱਖ ਸੰਗਤ ਆਪਣੇ ਹਿਰਦੇ ਵਿੱਚ ਗੁਰੂ ਜੀ ਨੂੰ ਪ੍ਰਗਟ ਕਰਵਾਉਣਾ ਚਾਹੁੰਦੀ ਸੀ। ਮੱਖਣ ਸ਼ਾਹ ਇੱਕ ਵੱਡਾ ਸ਼ਰਧਾਲੂ ਸਿੱਖ ਸੀ, ਗੁਰਸਿੱਖੀ ਉਸ ਦਾ ਵੱਡਾ ਆਧਾਰ ਸੀ। ਬਹੁਤ ਮਾਲ ਖਰੀਦ ਕੇ ਉਹ ਜਹਾਜ਼ ਵਿੱਚ ਚੜ੍ਹ ਗਿਆ ਅਤੇ ਵਪਾਰ ਵਾਸਤੇ ਬਹੁਤ ਵਸਤਾਂ ਨਾਲ ਲੈ ਲਈਆਂ। ਦੂਸਰੇ ਦੇਸ਼ਾਂ ਵਿੱਚ ਜਾ ਕੇ ਮਾਲ ਵੇਚਿਆ ਅਤੇ ਦੂਸਰੇ ਦੇਸ਼ਾਂ ਤੋਂ ਵਸਤਾਂ ਖਰੀਦ ਲਈਆਂ। ਵਸਤਾਂ ਨੂੰ ਜਹਾਜ਼ ਵਿੱਚ ਲੱਦ ਕੇ ਵਾਪਸ ਮੁੜ ਪਿਆ ਅਤੇ ਜਹਾਜ਼ ਸਮੁੰਦਰ ਵਿੱਚ ਚੱਲ ਪਿਆ, ਜਿੱਥੇ ਜਲ ਬਹੁਤ ਗਹਿਰਾ ਸੀ। ਸਮੁੰਦਰ ਵਿੱਚ ਬਹੁਤ ਉੱਚੀਆਂ ਲਹਿਰਾਂ ਉੱਠਦੀਆਂ ਸਨ ਅਤੇ ਵਰੁਣ ਦੇਵਤਾ ਦੇ ਘਰ ਵਿੱਚ ਕਰੋੜਾਂ ਜੀਵ ਜੰਤੂ ਸਨ। ਜਦ ਬਹੁਤ ਹਵਾ ਪਈ ਤਾਂ ਜਹਾਜ਼ ਇੰਨਾ ਤੇਜ਼ ਚੱਲਿਆ ਮਾਨੋ ਉੱਡਿਆ ਜਾਂਦਾ ਹੋਵੇ। ਜਹਾਜ਼ ਕਾਫੀ ਲੰਮਾ ਸਫ਼ਰ ਤੈਅ ਕਰਦਾ ਰਿਹਾ। ਮਲਾਹ ਵੇਖ ਕੇ ਜਹਾਜ਼ ਨੂੰ ਤੋਰ ਰਹੇ ਸਨ। ਇੰਨੇ ਵਿੱਚ ਉਲਟੀ ਹਵਾ ਚੱਲ ਪਈ, ਜਿਸ ਨੇ ਜਹਾਜ਼ ਨੂੰ ਉਲਟੇ ਪਾਸੇ ਜਾਣ ਲਈ ਪ੍ਰੇਰ ਲਿਆ। ਲਾਗੇ ਇੱਕ ਬਹੁਤ ਵੱਡਾ ਟਾਪੂ ਸੀ ਜਿੱਥੇ ਕੋਈ ਮਨੁੱਖ ਨਹੀਂ ਸੀ ਦਿਸਦਾ, ਸਭ ਉਜਾੜ ਹੀ ਉਜਾੜ ਦਿਸਦੀ ਸੀ। ਜਹਾਜ਼ ਫਿਰ ਮਲਾਹਾਂ ਤੋਂ ਬੇਬਸ ਹੋ ਗਿਆ। ਉਹਨਾਂ ਨੇ ਬਹੁਤ ਜ਼ੋਰ ਲਾਇਆ ਪਰ ਜਹਾਜ਼ ਟਿਕ ਨਾ ਸਕਿਆ। ਹਵਾ ਬਹੁਤ ਤੇਜ਼ ਚੱਲ ਰਹੀ ਸੀ ਅਤੇ ਜਹਾਜ਼ ਰੇਤਲੇ ਥੱਲੇ ਉੱਤੇ ਜਾ ਕੇ ਟਿਕ ਗਿਆ। ਫਿਰ ਸਾਗਰ ਦੀਆਂ ਲਹਿਰਾਂ ਲੱਗੀਆਂ ਅਤੇ ਜਹਾਜ਼ ਕੁਝ ਉੱਪਰ ਚੜ੍ਹ ਗਿਆ ਜਿੱਥੇ ਥੱਲ ਬੜਾ ਉੱਚਾ ਸੀ। ਮੱਖਣ ਸ਼ਾਹ ਨੇ ਮਨ ਵਿੱਚ ਬੜਾ ਅਸ਼ਚਰਜ ਮੰਨਿਆ ਅਤੇ ਮਨ ਵਿੱਚ ਮਹਾਨ ਚਿੰਤਾਵਾਨ ਹੋ ਗਿਆ। ਮਨੁੱਖਾਂ ਨੇ ਬਹੁਤ ਉਪਾਅ ਕੀਤੇ, ਸੂਝ ਬੂਝ ਅਤੇ ਬਹੁਤ ਸ਼ਕਤੀ ਲਾਈ। ਜਹਾਜ਼ ਦੀ ਲੱਕੜ ਦੇ ਹੇਠਾਂ ਤੋਂ ਰੇਤ ਨੂੰ ਹਟਾਉਂਦੇ ਸਨ, ਫਿਰ ਵੀ ਜਹਾਜ਼ ਉਸ ਸਥਾਨ ਤੋਂ ਹਿਲਦਾ ਨਹੀਂ ਸੀ। ਬਹੁਤ ਯਤਨ ਕਰਕੇ ਮੱਖਣ ਸ਼ਾਹ ਨਿਰਾਸ਼ ਹੋ ਗਿਆ। ਫਿਰ ਸਭ ਕੁਝ ਛੱਡ ਕੇ ਇੱਕ ਆਸ ਮਨ ਵਿੱਚ ਪੈਦਾ ਹੋਈ, ਹੁਣ ਸਤਿਗੁਰੂ ਜੀ ਹੀ ਸਹਾਇਕ ਬਣਨਗੇ ਜਿੱਥੇ ਹੋਰ ਕਿਸੇ ਤਰ੍ਹਾਂ ਦੀ ਵੀ ਸ਼ਕਤੀ ਨਹੀਂ ਚੱਲਦੀ ਹੈ। ਜਿਵੇਂ ਜਮ ਲੋਕ ਮਹਾਨ ਭੈਦਾਇਕ ਹੈ, ਉੱਥੇ ਸਤਿਗੁਰੂ ਜੀ ਇਕੱਲੇ ਇਕੱਲੇ ਦੇ ਸਹਾਇਕ ਬਣਦੇ ਹਨ। ਇਸ ਪ੍ਰਕਾਰ ਸਿੱਖ ਨੇ ਨਿਸ਼ਚਾ ਧਾਰਨ ਕਰਕੇ ਹੱਥ ਪੈਰ ਪਾਣੀ ਨਾਲ ਧੋ ਕੇ ਜੋਤੀ ਸਰੂਪ ਗੁਰੂ ਜੀ ਦਾ ਧਿਆਨ ਧਾਰਨ ਕੀਤਾ ਅਤੇ ਹੱਥ ਜੋੜ ਕੇ ਅਚੱਲ ਖੜ੍ਹਾ ਹੋ ਗਿਆ ਅਤੇ ਬੇਨਤੀ ਕੀਤੀ। ਹੇ ਪ੍ਰਭੂ ਜੀ, ਤੁਸੀਂ ਆਸ ਰਹਿਤਾਂ ਦੀ ਆਸ ਹੋ, ਤੁਸੀਂ ਅੰਤਰਜਾਮੀ ਹੋ ਅਤੇ ਸਾਰੇ ਤੁਹਾਡਾ ਪ੍ਰਕਾਸ਼ ਹੈ। ਰਾਜੇ ਦ੍ਰੋਪਦ ਦੀ ਪੁੱਤਰੀ ਨੇ ਸਭ ਆਸਾਂ ਛੱਡ ਕੇ ਜਦ ਤੁਹਾਡੀ ਇੱਕ ਆਸ ਫੜੀ ਸੀ ਤਾਂ ਤੁਸੀਂ ਤੁਰੰਤ ਹੀ ਉਸਦੀ ਰੱਖਿਆ ਕੀਤੀ ਸੀ, ਸਭਾ ਦੇ ਵਿੱਚ ਉਸਦੀ ਇਲਾਜ ਰੱਖ ਲਈ। ਯੁਧਿਸ਼ਟਰ ਰਾਜੇ ਨੇ ਜੂਆ ਖੇਡਿਆ ਸੀ, ਉਸਨੇ ਤੁਹਾਡਾ ਨਾਮ ਸਿਮਰਨ ਨਹੀਂ ਸੀ ਕੀਤਾ, ਇਸ ਲਈ ਤੁਸੀਂ ਉਸਦੀ ਸਹਾਇਤਾ ਨਹੀਂ ਕੀਤੀ, ਜਿਸ ਕਰਕੇ ਉਸਨੂੰ ਬਨਵਾਸ ਮਿਲਣ ਤੱਕ ਦੀ ਬਿਪਤਾ ਸਹਿਣੀ ਪਈ ਸੀ। ਯਾਦ ਕਰਨ 'ਤੇ ਤੁਸੀਂ ਸਦਾ ਸਹਾਇਕ ਹੁੰਦੇ ਹੋ। ਮੈਂ ਆਪ ਜੀ ਦੇ ਸਨਾਤਨ ਬਿਰਧ ਦੀ ਉਪਮਾ ਕਰਦਾ ਹਾਂ, ਮੈਂ ਸਦਾ ਹੀ ਤੁਹਾਡਾ ਦਾਸ ਹਾਂ, ਹੁਣ ਮੇਰੇ ਜਹਾਜ਼ ਨੂੰ ਪਾਰ ਉਤਾਰੋ।
ਧੀਰਜਵਾਨ ਸਤਿਗੁਰੂ ਤੇਗ ਬਹਾਦਰ ਜੀ, ਜਿਹੜੇ ਹਰ ਤਰ੍ਹਾਂ ਧੀਰਜਵਾਨ ਅਤੇ ਅੰਤਰਜਾਮੀ ਹਨ, ਉਹ ਕਦੀ ਵੀ ਆਪਾਂ ਨਹੀਂ ਜਿਤਾਉਂਦੇ ਹਨ, ਸਹਿ ਸੁਭਾਅ ਸਮਤਾ ਧਾਰਨ ਕਰਦੇ ਹਨ। ਕੋਈ ਕੋਈ ਉਹਨਾਂ ਦੇ ਨਾਮ ਅਤੇ ਰੂਪ ਨੂੰ ਜਾਣਦੇ ਹਨ, ਕਹਿ ਮਿਲ ਕੇ ਸਿਆਣ ਨਹੀਂ ਕਰਦੇ ਹਨ। ਗੁਰੂ ਜੀ ਆਪ ਆਪਣੀ ਵਡਿਆਈ ਕੁਝ ਵੀ ਨਹੀਂ ਜਣਾਉਂਦੇ ਹਨ, ਉਸ ਤਰ੍ਹਾਂ ਕਰਦੇ ਹਨ ਜਿਵੇਂ ਜ਼ਿਆਦਾ ਪ੍ਰਸਿੱਧ ਨਾ ਹੋਣ। ਅੰਤਰਜਾਮੀ ਗੁਰੂ ਜੀ ਨੇ ਸਿੱਖ ਦੇ ਮਨ ਨੂੰ ਸਮਝਿਆ ਅਤੇ ਸਵਾਮੀ ਜੀ ਮੱਖਣ ਸ਼ਾਹ ਦੀ ਸਹਾਇਤਾ ਕਰਨੀ ਚਾਹੁੰਦੇ ਸਨ। ਹਿਰਦੇ ਵਿੱਚ ਵਿਚਾਰ ਕਰਦੇ ਹਨ ਕਿ ਜੇ ਹੁਣ ਸਹਾਇਤਾ ਨਹੀਂ ਕਰਾਂਗੇ ਤਾਂ ਗੁਰੂ ਘਰ ਦੀ ਮਹਿਮਾ ਘੱਟ ਜਾਵੇਗੀ, ਹੁਣ ਸਹਾਇਕ ਹੋਣਾ ਹੀ ਬਣਦਾ ਹੈ ਜਿਸ ਕਾਰਨ ਸਿੱਖ ਦੀ ਸ਼ਰਧਾ ਵਧੇ। ਇੱਕ ਪਲ ਵਿੱਚ ਗੁਰੂ ਜੀ ਉੱਥੇ ਪਹੁੰਚ ਗਏ, ਸਿੱਖ ਦਾ ਸੁੰਦਰ ਕਾਰਜ ਕਰਨ ਵਾਸਤੇ ਚਲੇ ਗਏ। ਮੱਖਣ ਸ਼ਾਹ ਨੇ ਅਰਦਾਸ ਕੀਤੀ ਅਤੇ ਚਿੱਤ ਵਿੱਚ ਵਿਚਾਰਿਆ ਕਿ ਬਹੁਤ ਧਨ ਦੀ ਪੂੰਜੀ ਅਰਪਣ ਕਰਾਂਗਾ। ਇਸ ਤਰ੍ਹਾਂ ਬੇਨਤੀ ਕਰਕੇ ਉਪਾਅ ਕੀਤਾ, ਜਿੱਥੇ ਉਸਦੇ ਮਨੁੱਖ ਬਹੁਤ ਬਲ ਲਾ ਕੇ ਥੱਕ ਗਏ ਸਨ, ਆਪਸ ਵਿੱਚ ਲਲਕਾਰਾ ਮਾਰ ਕੇ ਜਹਾਜ਼ ਨੂੰ ਕਾਫੀ ਦੂਰ ਤੱਕ ਢੱਕ ਦਿੱਤਾ। ਮਨੁੱਖਾਂ ਦੇ ਬਹਾਨੇ ਗੁਰੂ ਜੀ ਨੇ ਜਾ ਕੇ ਸਿੱਖ ਦੇ ਜਹਾਜ਼ ਨੂੰ ਚਲਾ ਦਿੱਤਾ। ਜਹਾਜ਼ ਦੇ ਲੋਕ ਕਹਿੰਦੇ ਸਨ, ਅਸੀਂ ਐਸਾ ਬਲ ਲਾਇਆ, ਅਟਕੇ ਹੋਏ ਜਹਾਜ਼ ਨੂੰ ਤੋੜ ਕੇ ਚਲਾ ਦਿੱਤਾ। ਇਹ ਸੁਣ ਕੇ ਮੱਖਣ ਸ਼ਾਹ ਨੇ ਵਿਚਾਰ ਕੀਤੀ, ਪਹਿਲਾਂ ਸਾਰਾ ਜ਼ੋਰ ਲਾ ਰਹੇ ਹਨ ਪਰ ਕਾਰਜ ਸਰਿਆ ਨਹੀਂ, ਕਈ ਦਿਨ ਉਪਾਅ ਕਰਦੇ ਰਹੇ ਹਨ, ਸਾਰੀਆਂ ਵਿਧੀਆਂ ਅਨੁਸਾਰ ਆਪਣਾ ਬਲ ਲਾਇਆ ਹੈ। ਜਦ ਮੈਂ ਸਤਿਗੁਰੂ ਜੀ ਦੇ ਅੱਗੇ ਨਿਰਾਸ਼ ਹੋ ਕੇ ਬੇਨਤੀ ਉਚਾਰਨ ਕੀਤੀ ਤਦ ਜਹਾਜ਼ ਤੁਰੰਤ ਚੱਲ ਪਿਆ ਹੈ, ਇਹ ਬਿਰਤਾਂਤ ਕੇਵਲ ਮੈਂ ਹੀ ਜਾਣਦਾ ਹਾਂ। ਇਹ ਗਵਾਰ ਲੋਕ ਕੀ ਜਾਣਦੇ ਹਨ ਜਿਹੜਾ ਸਤਿਗੁਰੂ ਜੀ ਨੇ ਉਪਕਾਰ ਕੀਤਾ ਹੈ। ਗੁਰੂ ਜੀ ਦੀ ਕਿਰਤ ਤੋਂ ਜਿਹੜਾ ਕ੍ਰਿਤ ਘਣ ਹੁੰਦਾ ਹੈ ਉਹ ਦੋਹਾਂ ਲੋਕਾਂ ਵਿੱਚ ਮਹਾਨ ਦੁੱਖ ਪਾਉਂਦਾ ਹੈ। ਜਗਤ ਵਿੱਚ ਜਿੰਨੇ ਵੀ ਅਪਰਾਧ ਹੁੰਦੇ ਹਨ, ਸਭ ਅਪਰਾਧਾਂ ਦੇ ਪ੍ਰਾਸ਼ਚਿਤ ਕਰਨ ਬਾਰੇ ਸ੍ਰੇਸ਼ਟ ਲੋਕ ਨਿਵਿਰਤੀ ਦੇ ਉਪਾਅ ਬਾਰੇ ਦੱਸਦੇ ਹਨ। ਕਿਰਤ ਘਣ ਦੇ ਅਪਰਾਧ ਦੀ ਨਿਵਿਰਤੀ ਦਾ ਉਪਾਅ ਕਰਨਾ ਕੋਈ ਵੀ ਨਹੀਂ ਦੱਸਦਾ ਹੈ, ਉਹ ਹਰ ਹਾਲਤ ਵਿੱਚ ਕਸ਼ਟ ਪਾਉਂਦਾ ਹੈ। ਇਹ ਤਾਂ ਸਮਾਨ ਪੁਰਸ਼ਾਂ ਨਾਲ ਕਿਰਤ ਘਣਤਾ ਦੀ ਗੱਲ ਹੈ ਅਤੇ ਸਤਿਗੁਰੂ ਜੀ ਜਿਹੜੇ ਵੱਡਾ ਦੁੱਖ ਦੂਰ ਕਰਦੇ ਹਨ, ਜਿਹੜਾ ਉਹਨਾਂ ਨਾਲ ਵੀ ਕਿਰਤ ਘਣਤਾ ਕਰੇ, ਕੌਣ ਜਾਣਦਾ ਹੈ ਉਹਨਾਂ ਦਾ ਫਿਰ ਕੀ ਹਾਲ ਹੋਵੇਗਾ। ਜਿਹੜੇ ਸਤਿਗੁਰੂ ਜੀ ਦੇ ਦਵੈਖੀ ਹਨ, ਉਹਨਾਂ ਦਾ ਕਦੇ ਛੁਟਕਾਰਾ ਨਹੀਂ ਹੁੰਦਾ, ਉਹ ਭਾਰੀ ਦੁੱਖ ਪਾਉਂਦੇ ਹਨ। ਇਹ ਅਣਜਾਣ ਮਨੁੱਖ ਕੀ ਜਾਣਦੇ ਹਨ, ਮੈਂ ਤਾਂ ਸਭ ਵਿਧੀਆਂ ਨਾਲ ਸਮਝਿਆ ਹੈ। ਇਸ ਤਰ੍ਹਾਂ ਵਿਚਾਰ ਕੇ ਜਹਾਜ਼ ਚੱਲ ਪਿਆ। ਗੁਰੂ ਜੀ ਸਦਾ ਸਿੱਖਾਂ ਦਾ ਕਾਰਜ ਪੂਰਾ ਕਰਦੇ ਹਨ। ਜਹਾਜ਼ ਆਪਣੇ ਸਥਾਨ 'ਤੇ ਆ ਪੁੱਜਾ ਅਤੇ ਮਹਾਨ ਵਸਤਾਂ ਉਤਾਰ ਲਈਆਂ, ਸਾਰਾ ਸੌਦਾ ਵੇਚ ਲਿਆ ਅਤੇ ਬਹੁਤ ਲਾਭ ਉਸਦੇ ਪੱਲੇ ਪਿਆ। ਆਉਣ ਜਾਣ ਦੇ ਜਿਹੜੇ ਦੋਵੇਂ ਖੇਪ ਸਨ, ਵਪਾਰ ਕਰਕੇ ਉਸ ਵਿੱਚੋਂ ਬਹੁਤ ਧਨ ਪ੍ਰਾਪਤ ਹੋਇਆ। ਫਿਰ ਸਿੱਖ ਭਾਰੀ ਅਮੀਰ ਹੋ ਗਿਆ ਅਤੇ ਉਸਨੇ ਆਪਣੇ ਅੱਗੇ ਬਹੁਤ ਨੌਕਰ ਰੱਖ ਲਏ। ਗੁਰਸਿੱਖੀ ਨਾਲ ਬਹੁਤ ਪ੍ਰੇਮ ਹੋ ਗਿਆ, ਵਾਰ ਵਾਰ ਸਿਮਰਨ ਕਰਕੇ ਸੁੱਖ ਪਾਉਂਦਾ ਸੀ। ਕਹਿ ਨਾ ਸਕਿਆ, ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਅਤੇ ਬਹੁਤ ਸਾਜ਼ੋ ਸਮਾਨ ਲੈ ਕੇ ਗੁਰੂ ਜੀ ਵੱਲ ਚੱਲ ਪਿਆ ਅਤੇ ਪੰਜਾਬ ਵਾਲੇ ਪਾਸੇ ਆ ਗਿਆ। ਗੁਰੂ ਜੀ ਦੇ ਜਾ ਕੇ ਦਰਸ਼ਨ ਕਰਾਂਗਾ ਇੰਤਜ਼ਾਰ ਕਰਦਾ ਸੀ ਅਤੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰ ਕੇ ਸਿਮਰਨ ਕਰਦਾ ਸੀ। ਪੂਰਬ ਦੇਸ਼ ਦਾ ਬਹੁਤ ਲੰਮਾ ਪੈਂਡਾ ਜਾਣਿਆ, ਰਾਤ ਨੂੰ ਠਹਿਰਦਾ ਸੀ ਅਤੇ ਦਿਨ ਸਮੇਂ ਚੱਲਦਾ ਸੀ। ਕਰਮਵਾਰ ਸਾਰਾ ਪੈਂਡਾ ਲੰਘ ਆਇਆ, ਗੁਰੂ ਜੀ ਦੇ ਦਰਸ਼ਨਾਂ ਵਾਸਤੇ ਮਨ ਲਲਚਾਇਆ ਸੀ, ਸਾਰਾ ਪਰਿਵਾਰ ਆਪਣੇ ਨਾਲ ਲਿਆ ਸੀ, ਪੁੱਤਰ ਪਤਨੀ ਸਹਿਤ ਸਭ ਨੇ ਸ਼ਰਧਾ ਧਾਰਨ ਕੀਤੀ ਹੋਈ ਸੀ, ਨਾਲ 500 ਨੌਕਰ ਹੋਰ ਸਨ। ਥਾਂ ਥਾਂ ਡੇਰਾ ਕਰਦਾ ਆਇਆ, ਨਾਲ ਬਹੁਤ ਸੂਰਮਿਆਂ ਨੇ ਸ਼ਸਤਰ ਧਾਰਨ ਕੀਤੇ ਸਨ ਅਤੇ ਉਹ ਰਾਹੇ ਰਾਹਾ ਵਹੀਰ ਕੱਤੀ ਚਲੇ ਆਉਂਦੇ ਸਨ। ਜਿਸ ਦੇ ਪਾਸ ਵੱਡੀ ਮਾਤਰਾ ਵਿੱਚ ਧਨ ਸੀ, ਦਿਨ ਸਮੇਂ ਉਹ ਸਦਾ ਹੀ ਚੱਲਦਾ ਆਇਆ। ਫਿਰ ਗੁਰੂ ਜੀ ਦੇ ਦੇਸ਼ ਨੇੜੇ ਪਹੁੰਚ ਗਿਆ, ਪਿਆਰੀ ਸਿੱਖੀ ਜਿੱਥੇ ਵਿਸ਼ੇਸ਼ ਤੌਰ 'ਤੇ ਪ੍ਰਗਟ ਸੀ। ਮੱਖਣ ਸ਼ਾਹ ਵਿਸ਼ਾਲ ਲੰਮਾ ਪੈਂਡਾ ਲੰਘ ਕੇ ਆ ਗਿਆ ਅਤੇ ਦੇਸ਼ ਵਿੱਚ ਆ ਕੇ ਸੁਣਿਆ ਜਿਸ ਪ੍ਰਕਾਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਸਨ। ਫਿਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜਿਵੇਂ ਬਚਨ ਕਿਹਾ ਸੀ, ਕਿਸੇ ਨੇ ਵੀ ਗੁਰੂ ਜੀ ਦੇ ਨਵੇਂ ਸਰੂਪ ਨੂੰ ਨਹੀਂ ਵੇਖਿਆ ਸੀ। ਬਕਾਲੇ ਪਿੰਡ ਵਿੱਚ ਅਖੌਤੀ ਸੋਢੀ ਗੁਰੂ ਕਹਾਉਂਦੇ ਸਨ, 22 ਗੱਦੀਆਂ ਲਾ ਕੇ ਬੈਠੇ ਸਨ ਅਤੇ ਆਪਣੀ ਪੂਜਾ ਕਰਵਾ ਰਹੇ ਸਨ। ਆਕਾਸ਼ ਵਿੱਚ ਜਦ ਤੱਕ ਸੂਰਜ ਨਹੀਂ ਚੜ੍ਹਦਾ ਹੈ ਤਦ ਤੱਕ ਤਾਰਿਆਂ ਦਾ ਬਹੁਤ ਪ੍ਰਕਾਸ਼ ਹੁੰਦਾ ਹੈ, ਇਸ ਕਰਕੇ ਇਸ ਨੂੰ ਇਸ ਪ੍ਰਕਾਰ ਸਮਝੋ, ਹੁਣ ਤੱਕ ਸੱਚੇ ਗੁਰੂ ਜੀ ਪ੍ਰਗਟ ਨਹੀਂ ਹੋਏ ਸਨ। ਮੱਖਣ ਸ਼ਾਹ ਨੂੰ ਸੁਣ ਕੇ ਸ਼ੰਕਾ ਹੋਇਆ,
ਸਾਰੇ ਮਨੁੱਖ ਸੰਸਾ ਮੰਨਦੇ ਹਨ। ਮੱਖਣ ਸ਼ਾਹ ਸੋਚਦਾ ਸੀ ਕਿ ਮੈਨੂੰ ਵਪਾਰ ਵਿੱਚ ਬਹੁਤ ਲਾਭ ਹੋਇਆ ਹੈ, ਉਸ ਲਾਭ ਵਿੱਚੋਂ ਮੈਂ ਦਸਵੰਧ ਕੱਢੀ ਹੈ। ਸਮੁੰਦਰ ਵਿੱਚ ਜਦ ਜਹਾਜ਼ ਅਟਕ ਗਿਆ ਸੀ ਉੱਥੇ ਸਤਿਗੁਰੂ ਜੀ ਨੇ ਮੇਰੀ ਸਹਾਇਤਾ ਕੀਤੀ ਸੀ ਅਤੇ ਮੈਂ ਗੁਰੂ ਜੀ ਦੇ ਚਰਨਾਂ ਵਿੱਚ ਬਹੁਤ ਧਨ ਅਰਪਣ ਕਰਨਾ ਚਾਹਿਆ ਸੀ। ਹੁਣ ਮੈਂ ਬਹੁਤ ਧਨ ਦੌਲਤ ਲਿਆਂਦੀ ਹੈ ਅਤੇ ਸਤਿਗੁਰੂ ਜੀ ਨੂੰ ਮੈਂ ਅਰਪਣ ਕਰਨਾ ਚਾਹੁੰਦਾ ਹਾਂ। ਕਿਸ ਪ੍ਰਕਾਰ ਮੈਂ ਉਹਨਾਂ ਨੂੰ ਪਛਾਣ ਸਕਾਂਗਾ ਜਦ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਅੰਤਰ ਧਿਆਨ ਹੋ ਗਏ ਹਨ? ਸ਼ੇਰ ਦੀ ਵਸਤੂ ਹਾਥੀ ਨੂੰ ਦੇਵੇ ਫਿਰ ਉਸ ਪਾਸੋਂ ਕਿਵੇਂ ਫਲ ਲੈਣ ਦੀ ਚਾਹਤ ਕਰੇਗਾ? ਜਦ ਤੱਕ ਸੱਚਾ ਗੁਰੂ ਨਿਸ਼ਚਿਤ ਨਹੀਂ ਹੁੰਦਾ ਤਦ ਤੱਕ ਧਨ ਅਰਪਣ ਕਰਨਾ ਬਣਦਾ ਨਹੀਂ ਹੈ। ਕਿਸ ਥਾਂ ਜਾ ਕੇ ਹੁਣ ਗੁਰੂ ਜੀ ਨੂੰ ਲੱਭੀਏ ਤਾਂ ਕਿ ਹਿਰਦੇ ਦਾ ਮਨੋਰਥ ਪੂਰਾ ਹੋਵੇ? ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਚਨਾਂ ਅਨੁਸਾਰ ਗੁਰੂ ਜੀ ਪਿੰਡ ਬਕਾਲੇ ਦੇ ਵਿੱਚ ਹੀ ਹੋਣੇ ਚਾਹੀਦੇ ਹਨ। ਗੁਰੂ ਜੀ ਦੇ ਬਚਨਾਂ 'ਤੇ ਸ਼ਰਧਾ ਧਾਰਨ ਕਰਨੀ ਚਾਹੀਦੀ ਹੈ। ਮੱਖਣ ਸ਼ਾਹ ਨੂੰ ਗੁਰੂ ਜੀ ਦੇ ਬਚਨਾਂ 'ਤੇ ਬਹੁਤ ਸ਼ਰਧਾ ਸੀ। ਉਹ ਸੋਚਦਾ ਸੀ ਗੁਰੂ ਜੀ ਨੂੰ ਖੋਜਣ ਤੋਂ ਬਗੈਰ ਜੇ ਵਾਪਸ ਚਲਾ ਜਾਵਾਂਗਾ ਤਾਂ ਮੇਰਾ ਇਸ ਦੇਸ਼ ਵਿੱਚ ਆਉਣਾ ਵਿਅਰਥ ਜਾਵੇਗਾ, ਕਰਮਹੀਨ ਰਹਿ ਕੇ ਆਪਣੇ ਘਰ ਦੁੱਖ ਪਾਵਾਂਗਾ, ਫਿਰ ਸਤਿਗੁਰੂ ਜੀ ਨੂੰ ਵੇਖ ਕੇ ਪਰਖ ਕੇ ਕੌਣ ਪ੍ਰਗਟ ਕਰੇਗਾ? ਇਸ ਤਰ੍ਹਾਂ ਸੋਚਾਂ ਸੋਚਦਾ ਪਿੰਡ ਬਕਾਲੇ ਵੱਲ ਤੁਰਿਆ ਜਾਂਦਾ ਸੀ। ਸੋਚਦਾ ਸੀ ਕਿਸ ਪ੍ਰਕਾਰ ਮੈਨੂੰ ਮਾਲਕ ਗੁਰੂ ਜੀ ਮਿਲਣਗੇ ਜੋ ਹੁਣ ਤੱਕ ਪ੍ਰਗਟ ਨਹੀਂ ਹੋਏ ਹਨ। ਪਹਿਲਾਂ ਗੁਰੂ ਜੀ ਦਾ ਨਿਸ਼ਚਾ ਕਰਕੇ ਉਹਨਾਂ ਦੇ ਚਰਨਾਂ ਉੱਤੇ ਉਪਹਾਰ ਧਰ ਕੇ ਗੁਰੂ ਜੀ ਪਾਸੋਂ ਉੱਤਮ ਬਚਨ ਸੁਣ ਕੇ ਆਪਣਾ ਜਨਮ ਸਫਲ ਕਰਾਂਗਾ, ਇਹ ਵਿਚਾਰ ਕੀਤੀ। ਸਾਰੇ ਸੋਢੀਆਂ ਨੂੰ ਜਦ ਮੱਖਣ ਸ਼ਾਹ ਦੇ ਆਉਣ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਆਪਣੇ ਮਨੁੱਖ ਉਸ ਵੱਲ ਭੇਜੇ, ਅਨੇਕ ਪ੍ਰਕਾਰ ਦੇ ਭੋਜਨ ਪਹੁੰਚਾਏ, ਪ੍ਰਸੰਨ ਹੋ ਕੇ ਸਾਰੀਆਂ ਵਿਧੀਆਂ ਨਾਲ ਸਨਮਾਨ ਕਰਦੇ ਸਨ। ਸਾਰਿਆਂ ਨੇ ਆਪਣੇ ਆਪਣੇ ਮਹਾਨ ਮਸੰਦਾਂ ਨੂੰ ਭੇਜਿਆ ਜਿਹੜੇ ਸਾਰੇ ਆਪਣੇ ਪੱਖ ਦੀਆਂ ਦਲੀਲਾਂ ਦੇ ਕੇ ਉਪਦੇਸ਼ ਕਰਦੇ ਸਨ। ਕਹਿੰਦੇ ਸਨ ਸਾਡੇ ਵਾਲਾ ਗੁਰੂ ਹੀ ਕਰਾਮਾਤ ਵਿੱਚ ਪੂਰਾ ਹੈ, ਸੋਢੀ ਵਿਅਰਥ ਆਪਣਾ ਆਪਣਾ ਨਾਮ ਲੈਂਦੇ ਹਨ। ਦੂਸਰਾ ਪਹਿਲੇ ਵਿੱਚ ਘਾਟ ਦੱਸਦਾ ਸੀ, ਸਾਰੇ ਚਿੱਤ ਵਿੱਚ ਆਪਣੀ ਆਪਣੀ ਪੂਜਾ ਚਾਹੁੰਦੇ ਸਨ, ਧਨ ਦਾ ਲੋਭ ਧਾਰਨ ਕਰਕੇ ਉਪਦੇਸ਼ ਦਿੰਦੇ ਸਨ ਅਤੇ ਕਹਿੰਦੇ ਸਨ ਸਾਡੀ ਸਾਰੇ ਦੇਸ਼ ਵਿੱਚ ਵੱਡੀ ਮਾਨਤਾ ਹੈ। ਧੀਰਮਲ ਦੇ ਵੀ ਸਾਰੇ ਮਸੰਦ ਮੱਖਣ ਸ਼ਾਹ ਨੂੰ ਆ ਕੇ ਮਿਲੇ। ਧੀਰਮਲ ਬਗੈਰ ਹੋਰ ਕੋਈ ਨਹੀਂ ਹੈ ਜਿਹੜਾ ਗੁਰਤਾ ਦੇ ਲਾਇਕ ਹੋਵੇ, ਇਸ ਕਰਕੇ ਹੇ ਮੱਖਣ ਸ਼ਾਹ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਪਾਸ ਹੈ, ਉਹਨਾਂ ਨੂੰ ਸਾਰੇ ਯੋਗ ਮੰਨਦੇ ਹਨ, ਉਹਨਾਂ ਦੀ ਆਰਾਧਨਾ ਨਾਲ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਪ੍ਰਕਾਰ ਧੀਰਮਲ ਦੇ ਸਿੱਖ ਮੱਖਣ ਸ਼ਾਹ ਨੂੰ ਲਭਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਦ ਰਾਤ ਪਈ ਤਾਂ ਮੱਖਣ ਸ਼ਾਹ ਆਪਣੇ ਮਨ ਵਿੱਚ ਅਨੇਕ ਪ੍ਰਕਾਰ ਦੀਆਂ ਗਿਣਤੀਆਂ ਗਿਣਦਾ ਸੀ, ਮੇਰਾ ਹੁਣ ਕੀ ਕਰਤੱਵ ਹੈ? ਇਹ ਸਾਰੇ ਆਪਣੇ ਆਪਣੇ ਪਾਸੇ ਨੂੰ ਚਾਹੁੰਦੇ ਹਨ। ਪੂਰਨ ਗੁਰੂ ਜੀ ਵਿੱਚ ਐਸੀ ਗੱਲ ਨਹੀਂ ਹੁੰਦੀ ਹੈ, ਜਿਹੜੇ ਪ੍ਰਗਟ ਰੂਪ ਵਿੱਚ ਸਾਰੇ ਜਗਤ ਦੇ ਦਾਤਾ ਹਨ, ਜਿਹੜੇ ਗੁਰੂ ਸਭ ਦੇ ਮੰਗਣ 'ਤੇ ਆਪ ਸਭ ਕੁਝ ਦਿੰਦੇ ਹਨ, ਉਹਨਾਂ ਦੀ ਅਜਿਹੇ ਮੰਗਤਿਆਂ ਵਰਗੀ ਹਾਲਤ ਕਿਵੇਂ ਹੋ ਸਕਦੀ ਹੈ? ਧੰਨ ਵਾਸਤੇ ਮੇਰੇ ਪਾਸ ਮਨੁੱਖ ਭੇਜੇ ਹਨ ਅਤੇ ਅਨੇਕ ਪ੍ਰਕਾਰ ਦੀਆਂ ਗੱਲਾਂ ਬਣਾਉਂਦੇ ਹਨ ਅਤੇ ਆਪਣੀ ਉਸਤਤ ਕਹਿ ਕੇ ਆਪਣੇ ਹਿੱਤ ਦੀ ਗੱਲ ਕਰਦੇ ਹਨ। ਜੇ ਮੇਰਾ ਧਨ ਯੋਗ ਗੁਰੂ ਜੀ ਦੇ ਪਾਸ ਨਹੀਂ ਜਾਏਗਾ ਤਾਂ ਮੇਥੋਂ ਵੱਡੀ ਅਯੋਗ ਗੱਲ ਹੋ ਜਾਏਗੀ। ਗੁਰੂ ਜੀ ਨੇ ਸਾਗਰ ਵਿੱਚ ਮੇਰੀ ਸਹਾਇਤਾ ਕੀਤੀ ਹੈ ਅਤੇ ਉਹਨਾਂ ਦੀ ਕਿਰਪਾ ਨਾਲ ਮੈਂ ਵੱਡਾ ਧਨੀ ਬਣ ਗਿਆ ਹਾਂ। ਜੇ ਉਹਨਾਂ ਪਾਸ ਮੇਰੀ ਭੇਟ ਨਹੀਂ ਪਹੁੰਚੇਗੀ ਤਾਂ ਇਸ ਤੋਂ ਵੱਡਾ ਹੋਰ ਕੋਈ ਦੋਸ਼ ਨਹੀਂ ਹੋਵੇਗਾ। ਮੈਨੂੰ ਤਾਂ ਇਹਨਾਂ ਵਿੱਚ ਕੋਈ ਵੀ ਅਸਲ ਗੁਰੂ ਨਹੀਂ ਲੱਗਦਾ ਹੈ ਜਿਸ ਦੇ ਦਰਸ਼ਨ ਕਰਕੇ ਮੈਂ ਧਨ ਅਰਪਣ ਕਰਾਂ। ਕਿਹੜੀ ਯੁਕਤੀ ਨਾਲ ਗੁਰੂ ਜੀ ਨੂੰ ਪਾਵਾਂ, ਆਪਣੇ ਮਨ ਦੀ ਕਹਿ ਕੇ ਆਸ ਪੂਰੀ ਕਰਾਂ, ਤਦ ਮੇਰਾ ਆਉਣਾ ਸਫਲ ਹੋਵੇਗਾ, ਜਦ ਮੈਂ ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨ ਕਮਲਾਂ ਨੂੰ ਪਰਸਾਂਗਾ। ਹਿਰਦੇ ਵਿੱਚ ਵਿਚਾਰ ਕਰਦਿਆਂ ਇੰਜ ਗੱਲ ਫੋਰਾਈ, ਸਾਰਿਆਂ ਦੇ ਅੱਗੇ ਦੋ ਦੋ ਮੋਹਰਾਂ ਧਰਾਂਗਾ। ਜਿਹੜਾ ਆਪਣੀ ਭੇਟ ਜਦ ਆਪ ਮੰਗ ਲਵੇਗਾ ਉਸਨੂੰ ਮੈਂ ਸੱਚਾ ਗੁਰੂ ਮੰਨ ਲਵਾਂਗਾ। ਉਸਨੂੰ ਹੀ ਪੂਜਣਾ ਬਣਦਾ ਹੈ ਜਿਹੜਾ ਜਹਾਜ਼ ਦੀ ਗਤੀ ਕਹਿ ਕੇ ਸੁਣਾਵੇ। ਇਸ ਤੋਂ ਵੱਧ ਹੋਰ ਕੋਈ ਦੂਜਾ ਉਪਾਅ ਨਹੀਂ ਹੈ। ਇਸ ਤਰ੍ਹਾਂ ਸੱਚੇ ਗੁਰੂ ਨੂੰ ਪਾਵਾਂਗੇ ਅਤੇ ਉਸਦੇ ਚਰਨ ਕਮਲਾਂ ਦੀ ਪੂਜਾ ਕਰਾਂਗਾ। ਇਸ ਤਰ੍ਹਾਂ ਹਿਰਦੇ ਵਿੱਚ ਨਿਸ਼ਚਾ ਕਰਕੇ ਪਲੰਗ 'ਤੇ ਲੰਮੇ ਪੈ ਗਿਆ ਅਤੇ ਸੌਂ ਗਿਆ। ਜਦ ਪ੍ਰਭਾਤ ਹੋਈ ਤਾਂ ਉੱਠ ਕੇ ਸਤਿਗੁਰੂ ਜੀ ਨੂੰ ਹਿਰਦੇ ਵਿੱਚ ਸਿਮਰ ਕੇ ਇਸ਼ਨਾਨ ਕੀਤਾ ਅਤੇ ਪਹਿਲਾਂ ਧੀਰਮਲ ਦੇ ਪਾਸ ਆਇਆ ਜਿਨ੍ਹਾਂ ਦੇ ਪਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ। ਉਹਨਾਂ ਨੂੰ ਖੜ੍ਹਾ ਕਰਵਾ ਕੇ ਉੱਥੇ ਅਰਦਾਸ ਕੀਤੀ, ਪੰਜ ਅਸ਼ਰਫੀਆਂ ਆਪਣੇ ਹੱਥ ਨਾਲ ਦੇ ਕੇ ਹਿਰਦੇ ਵਿੱਚ ਮਾਲਕ ਸਤਿਗੁਰੂ ਜੀ ਦੀ ਆਰਾਧਨਾ ਕੀਤੀ। ਫਿਰ ਧੀਰਮਲ ਦੇ ਪਾਸ ਆ ਕੇ ਦੋ ਅਸ਼ਰਫੀਆਂ ਸਵਾਰ ਕੇ ਉਸਦੇ ਅੱਗੇ ਰੱਖ ਦਿੱਤੀਆਂ।
ਫਿਰ ਦੋਵੇਂ ਹੱਥ ਜੋੜ ਕੇ ਬੈਠ ਗਿਆ। ਹਿਰਦੇ ਵਿੱਚ ਅਸਲ ਗੁਰੂ ਨੂੰ ਪਹਿਚਾਣ ਰਿਹਾ ਸੀ। ਮੱਖਣ ਸ਼ਾਹ ਮਨ ਵਿੱਚ ਵਿਚਾਰਦਾ ਸੀ, ਜੇ ਤੁਸੀਂ ਸਰਬ ਸ਼੍ਰੋਮਣੀ ਹੋ ਤਾਂ ਆਪਣੀ ਵਸਤੂ ਮੈਥੋਂ ਲੈ ਲਓ। ਜੇ ਤੁਸੀਂ ਹੀ ਜਾ ਕੇ ਮੇਰੀ ਸਹਾਇਤਾ ਕੀਤੀ ਸੀ ਤਾਂ ਮੈਂ ਤੁਹਾਡੇ ਪਾਸ ਬੈਠਾ ਹਾਂ। ਦੱਸ ਦਿਓ, ਜਿਹੜੇ ਸਾਰੇ ਸਰੀਰਾਂ ਦੇ ਅੰਤਰਜਾਮੀ ਹਨ, ਜਿਹੜਾ ਵੀ ਯਾਦ ਕਰਦਾ ਹੈ ਉੱਥੇ ਹੀ ਪਹੁੰਚ ਜਾਂਦੇ ਹਨ। ਹਿਰਦੇ ਵਿੱਚ ਬਹੁਤ ਕਹਿ ਰਿਹਾ, ਮੈਨੂੰ ਇੱਕ ਵਾਰ ਕੁਝ ਪਤਾ ਦਿਓ। ਅਨੇਕਾਂ ਮਨੁੱਖ ਹੱਥ ਜੋੜ ਕੇ ਖੜ੍ਹੇ ਸਨ, ਅਨੇਕਾਂ ਕਾਮਨਾਵਾਂ ਅਤੇ ਬੇਨਤੀਆਂ ਕਰ ਰਹੇ ਸਨ। ਫਿਰ ਧੀਰਮਲ ਨੇ ਇੱਕ ਸਰੋਪਾ ਮੰਗਵਾਇਆ ਅਤੇ ਮੱਖਣ ਸ਼ਾਹ ਨੂੰ ਭੇਟ ਕੀਤਾ। ਹਿਰਦੇ ਵਿੱਚ ਇਸ ਪ੍ਰਕਾਰ ਵਿਚਾਰ ਕਰਦਾ ਸੀ ਕਿ ਇਹ ਤਾਂ ਸਭ ਤੋਂ ਵੱਡਾ ਕਹਾਉਂਦਾ ਹੈ, ਅਨੇਕਾਂ ਦੇਸ਼ਾਂ ਦੇ ਮਨੁੱਖ ਆਉਂਦੇ ਹਨ ਅਤੇ ਇਸ ਦੇ ਚਰਨਾਂ 'ਤੇ ਸੀਸ ਨਿਵਾਉਂਦੇ ਹਨ। ਪਰ ਧੀਰਮਲ ਮੱਖਣ ਸ਼ਾਹ ਨੂੰ ਜਹਾਜ਼ ਬਾਰੇ ਨਾ ਦੱਸ ਸਕਿਆ। ਮੱਖਣ ਸ਼ਾਹ ਨੇ ਸੋਚਿਆ, ਮੇਰੇ ਅੰਦਰ ਦੀ ਇਸਨੇ ਗਤੀ ਨਹੀਂ ਜਾਣੀ ਹੈ, ਸਮੁੰਦਰ ਵਿੱਚ ਇਸਨੇ ਮੇਰੀ ਸਹਾਇਤਾ ਕੀਤੀ ਹੈ, ਇਹ ਮੈਂ ਕਿਵੇਂ ਮੰਨ ਲਵਾਂ। ਗੁਰਤਾ ਬਾਰੇ ਇਸ ਵਿੱਚ ਸ਼ੰਕਾ ਹੈ, ਇਸ ਦੇ ਮੁੱਖ 'ਤੇ ਗੁਰੂ ਜੋਤ ਦਾ ਪ੍ਰਕਾਸ਼ ਨਹੀਂ ਹੈ। ਮੱਖਣ ਸ਼ਾਹ ਦਾ ਮਨ ਦੀਨ ਹੋ ਗਿਆ, ਉਸਦਾ ਮਨੋਰਥ ਪੂਰਾ ਨਹੀਂ ਸੀ ਹੋਇਆ। ਮੱਖਣ ਸ਼ਾਹ ਹੱਥ ਜੋੜ ਕੇ ਬੜੇ ਮਿੱਠੇ ਵਚਨ ਬੋਲਿਆ, ਆਗਿਆ ਦਿਓ, ਦੁਬਾਰਾ ਦਰਸ਼ਨ ਕਰਾਂਗਾ। ਮੱਖਣ ਸ਼ਾਹ ਵੰਦਨਾ ਕਰਕੇ ਉਸਦੇ ਡੇਰੇ ਵਿੱਚੋਂ ਨਿਕਲ ਆਇਆ ਅਤੇ ਹੋਰ ਸਾਰੇ ਸੋਢੀ ਜਾ ਵੇਖੇ, ਦੋ ਦੋ ਮੋਹਰਾਂ ਅੱਗੇ ਧਰ ਕੇ ਸਾਰਿਆਂ ਦੇ ਚਰਨਾਂ 'ਤੇ ਵੰਦਨਾ ਕਰਦਾ ਰਿਹਾ। ਧੀਰਜਵਾਨ ਹਿਰਦੇ ਵਿੱਚ ਕਾਮਨਾ ਕਰਦਾ ਸੀ, ਕੋਈ ਸਮੁੰਦਰ ਦੀ ਗੰਭੀਰ ਗੱਲ ਦਾ ਵੀ ਪਤਾ ਦੇਵੇ। ਮੈਂ ਤਾਂ ਉਸਦੀ ਆਪ ਅਮਾਨਤ ਲਈ ਫਿਰਦਾ ਹਾਂ, ਜਿਹੜਾ ਗੁਰਤਾ ਲਈ ਪ੍ਰਤਾਪ ਧਾਰਨ ਕਰੇਗਾ। ਸਾਰੇ ਸੋਢੀ ਮੱਖਣ ਸ਼ਾਹ ਨੂੰ ਬੜੇ ਆਦਰ ਨਾਲ ਪਾਸ ਬਿਠਾਉਂਦੇ ਹਨ ਅਤੇ ਬਹਾਨੇ ਨਾਲ ਆਪਣੀ ਉਸਤਤ ਸੁਣਾਉਂਦੇ ਹਨ। ਖੁਸ਼ੀ ਦੇ ਬਹੁਤ ਬਚਨ ਕਹਿੰਦੇ ਹਨ ਅਤੇ ਬਹੁਤ ਕੀਮਤੀ ਸਰੋਪੇ ਦਿੰਦੇ ਹਨ। ਇਹਨਾਂ ਵਿੱਚ ਕੋਈ ਵੀ ਅੰਤਰਜਾਮੀ ਨਹੀਂ ਹੈ, ਇਹ ਗੱਲ ਮੱਖਣ ਸ਼ਾਹ ਨੇ ਨਿਸ਼ਚੇ ਨਾਲ ਮੰਨ ਲਈ। ਤਦ ਚੱਲ ਕੇ ਆਪਣੇ ਡੇਰੇ ਵਿੱਚ ਚਲਾ ਗਿਆ, ਮਨ ਵਿੱਚ ਬਹੁਤ ਹੀ ਉਦਾਸ ਹੋ ਕੇ ਬੈਠਾ ਰਿਹਾ। ਹੁਣ ਮੈਨੂੰ ਕਿਹੜਾ ਚੰਗਾ ਕੰਮ ਕਰਨਾ ਚਾਹੀਦਾ ਹੈ, ਮੈਂ ਹੁਣ ਕੀ ਕਰਾਂ, ਠੀਕ ਗੁਰੂ ਕੌਣ ਹੈ, ਇਹ ਮੈਂ ਨਿਸ਼ਚੇ ਨਹੀਂ ਕਰ ਸਕਿਆ। ਮੈਂ ਆਪਣੇ ਮੰਦੇ ਭਾਗ ਜਾਣੇ ਹਨ, ਜਿਹੜਾ ਇੰਨੀ ਦੂਰ ਚੱਲ ਕੇ ਆਇਆ ਹਾਂ, ਅਤੇ ਮੇਰਾ ਕੀਤਾ ਹੋਇਆ ਸਾਰਾ ਪੈਂਡਾ ਨਿਸ਼ਫਲ ਗਿਆ ਹੈ। ਸਾਰੇ ਨਗਰ ਵਿੱਚ ਪ੍ਰਗਟ ਹੋ ਗਿਆ ਕਿ ਮੱਖਣ ਸ਼ਾਹ ਨਾਮੀ ਇੱਕ ਸਿੱਖ ਆਇਆ ਹੈ, ਉਸਨੇ ਸਾਰੇ ਅਖੌਤੀ ਸੋਢੀ ਗੁਰੂਆਂ ਨੂੰ ਉਪਹਾਰ ਭੇਟ ਕੀਤੇ ਹਨ। ਮਾਤਾ ਨਾਨਕੀ ਜੀ ਨੂੰ ਸੇਵਕਾਂ ਨੇ ਆ ਕੇ ਦੱਸਿਆ ਕਿ ਮਾਤਾ ਜੀ, ਪਿੰਡ ਵਿੱਚ ਇੱਕ ਸਿੱਖ ਆਇਆ ਹੈ ਜਿਹੜਾ ਗੁਰੂ ਜਸ ਦਾ ਪੂਰਨ ਗਿਆਤਾ ਹੈ, ਉਸਨੇ ਬਾਹਰ ਡੇਰਾ ਲਾਇਆ ਹੈ ਅਤੇ ਉਹ ਬਹੁਤ ਧਨੀ ਹੈ, ਉਸਦੇ ਨਾਲ ਬਹੁਤ ਮਨੁੱਖ ਹਨ, ਅੱਜ ਉਹ ਪਿੰਡ ਦੇ ਵਿੱਚ ਚੱਲ ਕੇ ਆਇਆ ਹੈ। ਇਸ ਤਰ੍ਹਾਂ ਸੁਣ ਕੇ ਮਾਤਾ ਜੀ ਆਪਣੇ ਸਪੁੱਤਰ ਜੀ ਦੇ ਪਾਸ ਗਏ। ਗੁਰੂ ਜੀ ਲੰਮੇ ਪਏ ਸਨ, ਉੱਠ ਬੈਠੇ, ਇੱਕ ਦੋ ਸੇਵਕ ਸਿੱਖ ਉਸ ਥਾਂ ਮੌਜੂਦ ਸਨ। ਮਾਤਾ ਜੀ ਨੇ ਸਪੁੱਤਰ ਦੇ ਗੰਭੀਰ ਹਿਰਦੇ ਨੂੰ ਵੇਖਿਆ, ਫਿਰ ਵੀ ਸ਼ਰੀਕਾਂ ਦੀ ਕਿਰਤ ਨੂੰ ਵੇਖ ਕੇ ਕਿਹਾ, ਹੇ ਪੁੱਤਰ, ਹੇ ਵਿਸ਼ੇਸ਼ ਬੁੱਧੀ ਦੇ ਮਾਲਕ, ਬਾਹਰ ਬੈਠ ਕੇ ਆਪਣੇ ਆਪ ਨੂੰ ਵਿਖਾਓ ਅਤੇ ਮਸੰਦਾਂ ਨਾਲ ਮੇਲ ਮਿਲਾਪ ਕਰੋ। ਤੁਹਾਡੇ ਪਿਤਾ ਦੀ ਇਹ ਗੱਦੀ ਹੈ, ਉਸ ਤਰ੍ਹਾਂ ਰੀਤੀ ਕਰੋ ਜਿਵੇਂ ਗੁਰੂ ਸਾਹਿਬਾਨ ਕਰਦੇ ਆਏ ਹਨ, ਦਰਸ਼ਨ ਦੇ ਕੇ ਉਪਹਾਰ ਲਵੋ, ਬੈਠ ਕੇ ਬੜੇ ਪਿਆਰ ਨਾਲ ਬੋਲੋ। ਦੂਰ ਦੇਸ਼ ਤੋਂ ਸਿੱਖ ਚੱਲ ਕੇ ਆਇਆ ਹੈ, ਸਾਰੀ ਗੁਰੂ ਜੀ ਦੀ ਵੰਸ਼ ਨੂੰ ਧੰਨ ਚੜ੍ਹਾਇਆ ਹੈ, ਤੁਸੀਂ ਵੀ ਬਾਹਰ ਹੁੰਦੇ ਤਾਂ ਤੁਹਾਡੇ ਪਾਸ ਆਉਂਦਾ, ਸਾਰਿਆਂ ਦੇ ਬਰਾਬਰ ਵੇਖ ਕੇ ਧੰਨ ਅਰਪਣ ਕਰਦਾ। ਹੇ ਪੁੱਤਰ, ਜਿਹੜਾ ਪਰਿਵਾਰ ਦਾ ਗੁਜ਼ਾਰਾ ਹੈ ਬਾਹਰੋਂ ਆਵੇ ਤਦ ਹੀ ਆਹਾਰ ਹੁੰਦਾ ਹੈ, ਸਾਰੇ ਸ਼ਰੀਕ ਈਰਖਾ ਕਰਦੇ ਹਨ, ਅਸੀਂ ਗੁਰੂ ਹਾਂ ਉਚਾਰਨ ਕਰਦੇ ਹਨ। ਹੁਣ ਤੁਸੀਂ ਸਾਰਿਆਂ ਨਾਲ ਪ੍ਰਗਟ ਰੂਪ ਵਿੱਚ ਵਰਤਾਰਾ ਕਰੋ, ਅੰਦਰ ਬੈਠੇ ਨੂੰ ਕੋਈ ਵੇਖਦਾ ਨਹੀਂ, ਜਿਹੜੇ ਸਿੱਖ ਹਨ ਉਹ ਤੁਹਾਡੀ ਕਿਵੇਂ ਪੂਜਾ ਕਰਨਗੇ। ਗੁਰੂ ਜੀ ਨੇ ਆਪਣੇ ਮਾਤਾ ਜੀ ਦੇ ਕਹੇ ਨੂੰ ਮਨ ਲਾ ਕੇ ਸੁਣਿਆ, ਪਰ ਕਿਸੇ ਪ੍ਰਕਾਰ ਵੀ ਕੋਈ ਉੱਤਰ ਨਾ ਦਿੱਤਾ। ਲਾਗੇ ਕੁਝ ਸਿੱਖ ਅਤੇ ਦਾਸ ਸਨ, ਉਹਨਾਂ ਨੇ ਹੱਥ ਜੋੜ ਕੇ ਅਰਦਾਸ ਕੀਤੀ, ਹੇ ਸ਼੍ਰੀ ਗੁਰੂ ਜੀ, ਆਪ ਹਰ ਤਰ੍ਹਾਂ ਨਾਲ ਲਾਇਕ ਹੋ, ਤੁਹਾਡਾ ਸਭ ਤੋਂ ਉੱਚਾ ਪ੍ਰਤਾਪ ਹੈ, ਸਿੱਖਾਂ ਨੂੰ ਦਰਸ਼ਨ ਦੇ ਕੇ ਉਹਨਾਂ ਦਾ ਉਧਾਰ ਕਰੋ ਅਤੇ ਉਪਦੇਸ਼ ਵਾਸਤੇ ਬਚਨ ਉਚਾਰਨ ਕਰੋ। ਫਿਰ ਸਿੱਖਾਂ ਨੇ ਮੱਖਣ ਸ਼ਾਹ ਦੀ ਗੱਲ ਦੱਸੀ। ਮੱਖਣ ਸ਼ਾਹ ਬਾਰੇ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਬਚਨ ਕਹੇ, ਸਾਨੂੰ ਬਾਹਰ ਜ਼ਾਹਰ ਕਰਦੇ ਹੋ, ਦੁਬਾਰਾ ਅਜਿਹਾ ਮਨੋਰਥ ਨਾ ਹਿਰਦੇ ਵਿੱਚ ਧਾਰਨ ਕਰੋ। ਜਿਹੜਾ ਮਨੁੱਖ ਇਸ ਤਰ੍ਹਾਂ ਕਾਰਾ ਕਰੇਗਾ, ਉਸ ਦਾ ਮੁੱਖ ਦਰਗਾਹ ਵਿੱਚ ਕਾਲਾ ਹੋਵੇਗਾ। ਇਸ ਕਰਕੇ ਚੁੱਪ ਰਹਿ ਕੇ ਤਮਾਸ਼ਾ ਵੇਖੋ, ਜਿਵੇਂ ਕਰਤਾ ਪੁਰਖ ਪ੍ਰਸੰਨ ਹੋਵੇ। ਇਹ ਸੁਣ ਕੇ ਸਿੱਖਾਂ ਦਿਆਂ ਹਿਰਦਿਆਂ ਵਿੱਚ ਡਰ ਉਤਪੰਨ ਹੋਇਆ, ਸਾਰੇ ਚੁੱਪ ਹੋ ਗਏ ਅਤੇ ਫਿਰ ਕੁਝ ਨਾ ਬੋਲੇ। ਮਾਤਾ ਜੀ ਚਿੰਤਾ ਮੰਨ ਕੇ ਉੱਠ ਕੇ ਆ ਗਏ, ਸਪੁੱਤਰ ਜੀ ਦੇ ਬਚਨ ਸੁਣ ਕੇ ਚੁੱਪ ਹੋ ਗਏ। ਪੁੱਤਰ ਜੀ ਨੂੰ ਬਹੁਤ ਵੱਡਾ ਵੈਰਾਗਵਾਨ ਜਾਣਿਆ ਅਤੇ ਹਿਰਦਾ ਪਰਮ ਵਿਆਕੁਲ ਹੋ ਗਿਆ।
ਇੱਧਰ ਮੱਖਣ ਸ਼ਾਹ ਚਿੱਤ ਵਿੱਚ ਬਹੁਤ ਚਿੰਤਾ ਕਰ ਰਿਹਾ ਸੀ। ਪਹਿਰ ਰਾਤ ਰਹਿੰਦਿਆਂ ਜਾ ਕੇ ਵਿਧੀ ਨਾਲ ਇਸ਼ਨਾਨ ਕੀਤਾ। ਸ਼੍ਰੀ ਜਪਜੀ ਸਾਹਿਬ ਆਦਿ ਸਤਿਗੁਰੂ ਜੀ ਦੀ ਬਾਣੀ ਪੜ੍ਹ ਪੜ੍ਹ ਕੇ ਦਰਸ਼ਨਾਂ ਦੀ ਕਾਮਨਾ ਧਾਰਨ ਕੀਤੀ। ਸ਼੍ਰੀ ਹਰਕ੍ਰਿਸ਼ਨ ਜੀ ਦਾ ਬਚਨ ਝੂਠਾ ਨਹੀਂ ਹੋ ਸਕਦਾ, ਹੋਰ ਗੱਲਾਂ ਭਾਵੇਂ ਪੁੱਠੀਆਂ ਹੋ ਜਾਣ। ਸ਼੍ਰੀ ਹਰਕ੍ਰਿਸ਼ਨ ਜੀ ਦਾ ਬਚਨ ਸੱਚਾ ਹੋਵੇਗਾ। ਜਾਪਦਾ ਹੈ ਕਿ ਮੈਂ ਸਿੱਖੀ ਵਿੱਚ ਹਾਲੇ ਕੱਚਾ ਹਾਂ, ਇਸ ਕਰਕੇ ਖਾਣ ਪੀਣ ਛੱਡ ਕੇ ਮੈਂ ਸਤਿਗੁਰੂ ਜੀ ਨੂੰ ਸਿਮਰਨ ਕਰਨ ਵਾਸਤੇ ਬੈਠ ਜਾਂਦਾ ਹਾਂ। ਆਪਣੇ ਸਵਾਮੀ ਦੇ ਦਰਸ਼ਨ ਪਾਵਾਂਗਾ, ਨਹੀਂ ਤਾਂ ਆਪਣੇ ਪ੍ਰਾਣ ਗਵਾਵਾਂਗਾ। ਆਪਣੇ ਸੰਗੀਆਂ ਨਾਲ ਨਹੀਂ ਕਿਹਾ ਅਤੇ ਇੱਕ ਦੁੱਖ ਵਾਲਾ ਨੇਮ ਮਨ ਵਿੱਚ ਧਾਰਨ ਕਰ ਲਿਆ। ਜਦ ਸਵੇਰ ਹੋਈ ਤਾਂ ਆਪਣੇ ਡੇਰੇ ਵਿੱਚ ਬੈਠਾ ਸੀ, ਮਨ ਵਿੱਚ ਬਹੁਤ ਗਿਣਤੀਆਂ ਗਿਣ ਰਿਹਾ ਸੀ। ਜਦ ਕਾਫੀ ਦਿਨ ਚੜ੍ਹਿਆ ਵੇਖਿਆ ਤਾਂ ਸੋਢੀਆਂ ਦੇ ਮਨੁੱਖ ਫਿਰ ਪਹੁੰਚ ਗਏ, ਚਾਰੇ ਪਾਸੇ ਆ ਕੇ ਬੈਠ ਗਏ ਅਤੇ ਅਨੇਕ ਪ੍ਰਕਾਰ ਦੀਆਂ ਗੱਲਾਂ ਬਣਾਉਂਦੇ ਸਨ। ਮੱਖਣ ਸ਼ਾਹ ਦੇ ਹਿਰਦੇ ਨੂੰ ਕੋਈ ਵੀ ਚੰਗਾ ਨਹੀਂ ਸੀ ਲੱਗਦਾ, ਮਹਾਨ ਦੁੱਖ ਵਾਲਾ ਮਨ ਹੋ ਗਿਆ। ਆਪਸ ਵਿੱਚ ਬੈਠ ਕੇ ਬਹੁਤ ਗੱਲਾਂ ਕਰਦੇ ਸਨ। ਜਦ ਬੈਠਿਆਂ ਕਾਫੀ ਦੇਰ ਬੀਤ ਗਈ ਤਾਂ ਮੱਖਣ ਸ਼ਾਹ ਨੇ ਮਨ ਵਿੱਚ ਦੀਨ ਹੋ ਕੇ ਕਿਹਾ, ਹੋਰ ਵੀ ਕੋਈ ਸੋਢੀ ਇੱਥੇ ਰਹਿੰਦਾ ਹੈ ਜਿਸ ਨੂੰ ਮੈਥੋਂ ਭੇਟ ਨਹੀਂ ਦਿੱਤੀ ਗਈ? ਆਪਣੇ ਆਪ ਉਸਨੇ ਖਬਰ ਨਹੀਂ ਦਿੱਤੀ ਹੈ, ਹੋਏ ਜੇ ਕੋਈ ਤਾਂ ਉਸ ਬਾਰੇ ਬਤਾਵੋ, ਮੇਰਾ ਇੱਥੇ ਆਉਣਾ ਸਫਲ ਹੋਵੇ। ਇਹ ਸੁਣ ਕੇ ਮਸੰਦਾ ਮੇਵੜਿਆਂ ਨੇ ਵਿਚਾਰ ਕਰਕੇ ਕਿਹਾ, ਕਈ ਸੋਢੀ ਬਕਾਲੇ ਪਿੰਡ ਵਿੱਚ ਹੀ ਰਹਿੰਦੇ ਸਨ, ਕਈ ਬਾਹਰ ਤੋਂ ਆ ਕੇ ਬੈਠ ਗਏ। ਭਾਈ ਸੂਰਜਮੱਲ ਦੀ ਜਿਹੜੀ ਸੰਤਾਨ ਆਦਿ ਹੈ, ਤੁਸੀਂ ਮਰਿਆਦਾ ਸਹਿਤ ਸਭ ਨੂੰ ਭੇਟ ਦਿੱਤੀ ਹੈ। ਇੱਕ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਸਪੁੱਤਰ ਹੈ, ਉਸਨੂੰ ਸ਼੍ਰੀ ਤੇਗ ਬਹਾਦਰ ਦੇ ਨਾਮ ਨਾਲ ਪੁਕਾਰਦੇ ਹਨ, ਪਰ ਜਗਤ ਦੇ ਵਿਹਾਰਾਂ ਬਾਰੇ ਉਸਨੂੰ ਕੋਈ ਸੂਝ ਨਹੀਂ ਹੈ। ਨਾ ਕਿਸੇ ਪਾਸੋਂ ਗੱਲ ਸੁਣਦਾ ਹੈ ਅਤੇ ਨਾ ਹੀ ਆਪਣੀ ਗੱਲ ਉਚਾਰਨ ਕਰਦਾ ਹੈ। ਜਿੱਥੇ ਇਕਾਂਤ ਥਾਂ ਹੋਵੇ ਉੱਥੇ ਰਹਿੰਦਾ ਹੈ, ਜਿਸ ਦਾ ਸਦਾ ਮਸਤ ਸੁਭਾਅ ਹੈ। ਆਪਣਾ ਮੂੰਹ ਢੱਕ ਕੇ ਪਿਆ ਰਹਿੰਦਾ ਹੈ, ਲੈਣ ਦੇਣ ਦੀ ਕੋਈ ਸੋਝੀ ਨਹੀਂ ਰੱਖਦਾ ਹੈ, ਕੋਈ ਉਸਨੂੰ ਕਦੇ ਵੀ ਨਹੀਂ ਮੰਨਦਾ ਹੈ, ਸਾਰੇ ਜਾਣਦੇ ਹਨ। ਖਾਣ ਪੀਣ ਦੀ ਵੀ ਉਹਨਾਂ ਨੂੰ ਸੋਝੀ ਨਹੀਂ ਹੈ, ਹੋਰ ਗੱਲ ਉਹਨਾਂ ਵਿੱਚ ਕੀ ਹੋ ਸਕਦੀ ਹੈ? ਜੇ ਉਹਨਾਂ ਨੂੰ ਵੇਖਣ ਬਗੈਰ ਰਹਿ ਨਹੀਂ ਸਕਦੇ ਤਾਂ ਤੁਸੀਂ ਜਿਵੇਂ ਵੀ ਸਮਾਂ ਪਾਉਂਦੇ ਹੋ ਉਹਨਾਂ ਨੂੰ ਵੇਖ ਲਓ। ਉਹਨਾਂ ਤੋਂ ਸੁਣ ਕੇ ਮੱਖਣ ਸ਼ਾਹ ਦੇ ਮਨ ਵਿੱਚ ਕੁਝ ਉਤਸ਼ਾਹ ਉਤਪੰਨ ਹੋਇਆ। ਸਭ ਵਿੱਚ ਕਿਹਾ, ਉਹਨਾਂ ਦੇ ਪਾਸ ਜਾਵਾਂਗੇ, ਉਪਹਾਰ ਦੇ ਕੇ ਅੱਖਾਂ ਨਾਲ ਵੇਖਾਂਗੇ। ਜਾਣ ਵਾਸਤੇ ਤਿਆਰੀ ਕੀਤੀ। ਧੀਰਮਲ ਦੇ ਆਦਮੀਆਂ ਨੇ ਮੱਖਣ ਸ਼ਾਹ ਨੂੰ ਉਹਨਾਂ ਪਾਸ ਜਾਣ ਤੋਂ ਰੋਕਿਆ, ਪਰ ਮੱਖਣ ਸ਼ਾਹ ਉਹਨਾਂ ਦੀ ਗੱਲ ਨਹੀਂ ਮੰਨਿਆ। ਮੱਖਣ ਸ਼ਾਹ ਇਸ ਤਰ੍ਹਾਂ ਸੁਣ ਕੇ ਕੁਝ ਮਨ ਵਿੱਚ ਨਾ ਲਿਆਇਆ, ਉਹਨਾਂ ਨੂੰ ਵੇਖਣਾ ਚਾਹੁੰਦਾ ਸੀ ਤਾਂ ਕਿ ਸਾਰੇ ਸ਼ੰਕੇ ਦੂਰ ਹੋ ਜਾਣ। ਉਸਨੇ ਮਨੁੱਖਾਂ ਦੀ ਬਹੁਤ ਭੀੜ ਨੂੰ ਨਾਲ ਲਿਆ ਅਤੇ ਗੰਭੀਰ ਗੁਰੂ ਜੀ ਨੂੰ ਪਰਸਨ ਵਾਸਤੇ ਚੱਲ ਪਿਆ। ਸਾਰੇ ਸੋਢੀਆਂ ਦੇ ਮਨੁੱਖ ਨਾਲ ਸਨ, ਹੌਲੀ ਹੌਲੀ ਪੈਰ ਧਰਦਾ ਚੱਲ ਪਿਆ। ਆਪਣੇ ਹਿਰਦੇ ਵਿੱਚ ਸੋਚਦਾ ਹੈ, ਹੋ ਸਕਦਾ ਹੈ ਇਹੋ ਸੱਚੇ ਗੁਰੂ ਜੀ ਹੋਣ, ਮੈਨੂੰ ਪ੍ਰੇਮੀ ਜਾਣ ਕੇ ਜਿਉਂਦਾ ਕਰ ਦੇਣਗੇ, ਨਹੀਂ ਤਾਂ ਹੁਣ ਮੇਰਾ ਮਰਨਾ ਨੇੜੇ ਆ ਗਿਆ ਹੈ। ਪਹਿਲਾ ਪ੍ਰਣ ਝੂਠਾ ਨਹੀਂ ਕੀਤਾ ਹੈ। ਜਦ ਭੀੜ ਸਹਿਤ ਉੱਥੇ ਆ ਪਹੁੰਚਿਆ ਤਾਂ ਸ਼੍ਰੀ ਗੁਰੂ ਜੀ ਦੇ ਕੰਨਾਂ ਵਿੱਚ ਆਵਾਜ਼ ਪਾਈ। ਉਹਨਾਂ ਨੇ ਇੱਕ ਦਾਸ ਨੂੰ ਰੋਕਣ ਵਾਸਤੇ ਭੇਜਿਆ। ਉਸਨੇ ਸਾਰਿਆਂ ਨੂੰ ਅੱਗੇ ਘੇਰ ਕੇ ਕਿਹਾ, ਮੱਖਣ ਸ਼ਾਹ, ਗੁਰੂ ਜੀ ਦੇ ਬਚਨ ਸੁਣੋ, ਅੰਦਰ ਖੁੱਲ੍ਹਾ ਥਾਂ ਨਹੀਂ ਹੈ, ਜੇ ਤੇਰੇ ਵਿੱਚ ਮਿਲਣ ਦੀ ਲਾਲਸਾ ਹੈ ਤਾਂ ਇਕੱਲੇ ਹੀ ਘਰ ਵਿੱਚ ਪ੍ਰਵੇਸ਼ ਕਰੋ, ਅਦਬ ਨਾਲ ਮੁੱਖ 'ਤੇ ਮੌਨ ਧਾਰਨ ਕਰੋ, ਉਹਨਾਂ ਦੀ ਰਜ਼ਾ ਅਨੁਸਾਰ ਜਾ ਕੇ ਦਰਸ਼ਨ ਕਰ ਲਓ। ਇਹ ਸੁਣ ਕੇ ਉੱਥੇ ਸਾਰਿਆਂ ਨੂੰ ਖੜ੍ਹਾ ਕਰਕੇ ਮੱਖਣ ਸ਼ਾਹ ਇਕੱਲਾ ਹੀ ਘਰ ਦੇ ਅੰਦਰ ਪ੍ਰਵੇਸ਼ ਕਰ ਗਿਆ, ਜਿੱਥੇ ਗੁਰੂ ਜੀ ਇਕੱਲੇ ਬੈਠੇ ਸਨ, ਜਿਹੜੇ ਸਦਾ ਹੀ ਅੰਤਰ ਬਿਰਤੀ ਵਿੱਚ ਰਹਿੰਦੇ ਸਨ। ਗੁਰੂ ਜੀ ਨੇ ਹਿਰਦੇ ਵਿੱਚ ਚੰਗੀ ਤਰ੍ਹਾਂ ਜਾਣ ਲਿਆ ਕਿ ਹੁਣ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ। ਗੁਰਤਾ ਦੀ ਪੰਡ ਬੜੀ ਭਾਰੀ ਹੈ, ਉਹ ਹੁਣ ਸਿਰ 'ਤੇ ਧਾਰਨ ਕਰਨੀ ਬਣ ਆਈ ਹੈ। ਹੁਣ ਜੇ ਇਸ ਨੂੰ ਪਤਾ ਨਹੀਂ ਦੇਵਾਂਗਾ ਤਾਂ ਗੁਰੂ ਦੀ ਮਹਿਮਾ ਜਾਂਦੀ ਰਹੇਗੀ, ਸਿੱਖਾਂ ਦੀ ਸ਼ਰਧਾ ਨਹੀਂ ਰਹੇਗੀ ਅਤੇ ਨਾ ਹੀ ਸਭ ਲੋਕ ਪੂਰਨ ਗੁਰੂ ਕਹਿਣਗੇ। ਮਨ ਕਰਕੇ ਇਸ ਸਾਰੇ ਨਕਲੀ ਗੁਰੂਆਂ ਦੀ ਪਰਖ ਕੀਤੀ ਹੈ, ਪਰ ਕਿਸੇ ਪਾਸੋਂ ਵੀ ਮਨੋਰਥ ਨਹੀਂ ਪਾਇਆ ਹੈ। ਜਿਸ ਗਤੀ ਨੂੰ ਸਮਝ ਕੇ ਅਸੀਂ ਇਸ ਦੀ ਸਹਾਇਤਾ ਕੀਤੀ ਹੈ, ਹੁਣ ਗੁਰੂ ਦਾ ਬਿਰਧ ਹੈ। ਬੌੜੀ ਕਰਨੀ 'ਤੇ ਜੇ ਅਸੀਂ ਨਹੀਂ ਕਰਦੇ ਤਾਂ ਗੁਰੂ ਦੇ ਬਿਰਧ ਨੂੰ ਉਲਾਮਾ ਹੈ। ਇਹ ਸਭ ਕੁਝ ਸਮਝ ਕੇ ਇਸ ਦਾ ਜਹਾਜ਼ ਪਾਰ ਕੀਤਾ ਸੀ। ਉਸੇ ਪ੍ਰਕਾਰ ਦੀ ਗਤੀ ਹੁਣ ਹੋ ਗਈ ਹੈ ਕਿ ਜੇ ਇਸ ਨੂੰ ਨਹੀਂ ਦੱਸਦੇ ਤਾਂ ਇਹ ਸਿੱਖ ਪ੍ਰਣ ਕਰ ਚੁੱਕਾ ਹੈ, ਹੁਣ ਬਿਨਾਂ ਕੀਤੇ ਤੋਂ ਸਰੇਗਾ ਨਹੀਂ। ਇਸ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਬਚਨਾਂ 'ਤੇ ਸ਼ਰਧਾ ਧਾਰਨ ਕੀਤੀ ਹੈ, ਪ੍ਰਾਣ ਛੱਡਣ ਤੱਕ ਇਸ ਨੇ ਹੌਂਸਲਾ ਧਾਰਨ ਕੀਤਾ ਹੈ। ਜੇ ਇਸ ਨੂੰ ਨਹੀਂ ਦੱਸਾਂਗੇ ਤਾਂ ਨਿਰਾਸ਼ ਹੋ ਕੇ ਵੱਡਾ ਦੁੱਖ ਪਾਵੇਗਾ। ਇੱਕ ਤਾਂ ਧਨ ਬਹੁਤ ਲਿਆਇਆ ਹੈ, ਦੂਸਰਾ ਬਹੁਤ ਦੂਰ ਤੋਂ ਆਇਆ ਹੈ, ਤੀਸਰਾ ਸਤਿਗੁਰੂ ਜੀ ਦਾ ਭਾਰੀ ਸਿੱਖ ਹੈ, ਚੌਥਾ ਆਪਣੇ ਪ੍ਰਾਣ ਉੱਤੇ ਡਟਿਆ ਹੋਇਆ ਹੈ।
ਕਹਿਣ ਤੋਂ ਬਗੈਰ ਉਲਟੀ ਰੀਤੀ ਹੋਵੇਗੀ, ਇਸ ਕਰਕੇ ਇਸ ਨੂੰ ਦੱਸ ਦੇਣਾ ਚਾਹੀਦਾ ਹੈ। ਇੰਨੇ ਵਿੱਚ ਮੱਖਣ ਸ਼ਾਹ ਉੱਥੇ ਪਹੁੰਚ ਗਿਆ ਅਤੇ ਦੋਵੇਂ ਹੱਥ ਜੋੜ ਕੇ ਵੰਦਨਾ ਕੀਤੀ। ਦੋ ਅਸ਼ਰਫੀਆਂ ਗੁਰੂ ਜੀ ਦੇ ਅੱਗੇ ਧਰੀਆਂ ਅਤੇ ਹਿਰਦੇ ਵਿੱਚ ਪਹਿਲਾਂ ਵਾਂਗ ਹੀ ਸੋਚਿਆ, ਜੇ ਪੂਰਨ ਗੁਰੂ ਹੋਣਗੇ ਤਾਂ ਮੇਰੀ ਸੁੱਖਣਾ ਵਾਲੀ ਰਕਮ ਆਪ ਮੰਗ ਲੈਣਗੇ। ਫਿਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਕਿਹਾ, ਹੇ ਵੱਡੇ ਸਿੱਖ, ਗੁਰੂ ਘਰ ਦਾ ਜੋ ਉਪਹਾਰ ਸੁੱਖਿਆ ਸੀ ਉਹ ਪੂਰਾ ਦਿਓ, ਆਪਣੇ ਘਰ ਨਾ ਰੱਖੋ। ਸਮੁੰਦਰ ਵਿੱਚ ਜਹਾਜ਼ ਨੂੰ ਪਾਰ ਕਰਾਉਣ ਵਾਸਤੇ ਤੁਸੀਂ ਜੋ ਸੰਕਲਪ ਬਣਾਇਆ ਸੀ ਅਤੇ ਜਿੰਨਾ ਗੁਰੂ ਜੀ ਦਾ ਦਸਵੰਧ ਹੈ, ਹੁਣ ਓਨਾ ਹੀ ਧਨ ਅਰਪਣ ਕਰੋ। ਸਿੱਖੀ ਵਿੱਚ ਸਦਾ ਸ਼ਰਧਾ ਰੱਖਦੇ ਹੋ, ਗੁਰੂ ਜੀ ਉੱਥੇ ਹੀ ਹਾਜ਼ਰ ਹੋ ਜਾਂਦੇ ਹਨ ਜਿੱਥੇ ਵੀ ਇੱਛਾ ਕਰਦੇ ਹੋ। ਗੁਰੂ ਜੀ ਦੇ ਇਹ ਬਚਨ ਸੁਣ ਕੇ ਉਹ ਸਿੱਖ ਬਹੁਤ ਪ੍ਰਸੰਨ ਹੋਇਆ ਅਤੇ ਉਸਦੇ ਸਾਰੇ ਸ਼ੰਕੇ ਜਾਂਦੇ ਰਹੇ। ਗਲ ਵਿੱਚ ਜਿਹੜਾ ਜਾਮਾ ਪਾਇਆ ਹੋਇਆ ਸੀ ਉਸਦੀਆਂ ਖੁਸ਼ੀ ਨਾਲ ਤਨੀਆਂ ਟੁੱਟ ਗਈਆਂ, ਰੋਮਾਂਚਿਕ ਹੋਣ ਨਾਲ ਇੰਦਰੀਆਂ ਠਹਿਰ ਗਈਆਂ। ਉਸਨੇ ਸੂਰਜ ਸਮਾਨ ਸਤਿਗੁਰੂ ਜੀ ਨੂੰ ਵੇਖਿਆ, ਸ੍ਰੇਸ਼ਟ ਕਮਲ ਦੇ ਫੁੱਲ ਵਾਂਗ ਖਿੜ ਗਿਆ, ਖੁਸ਼ੀ ਨਾਲ ਗਲਾ ਭਾਰ ਆਇਆ ਅਤੇ ਬੋਲਿਆ ਨਾ ਗਿਆ। ਗਲਾ ਇੰਝ ਰੁਕ ਗਿਆ ਜਿਵੇਂ ਪੂਰਨ ਤੌਰ 'ਤੇ ਭਰ ਗਿਆ ਹੋਵੇ। ਅੱਖਾਂ ਵਿੱਚ ਹੰਝੂ ਭਰ ਗਏ। ਦਸ਼ਾ ਵੇਖ ਕੇ ਮਨ ਹੈਰਾਨ ਰਹਿ ਗਿਆ, ਜਿਵੇਂ ਜਨਮ ਦੇ ਭੁੱਖੇ ਨੇ ਨੌ ਨਿੱਧਾਂ ਪਾ ਲਈਆਂ ਹੋਣ। ਚਿਹਰੇ ਉੱਤੇ ਖੁਸ਼ੀ ਨਾਲ ਲਾਲੀ ਛਾ ਗਈ। ਕਈ ਵਾਰੀ ਅਡੋਲ ਟਿਕ ਗਿਆ, ਅੱਖਾਂ ਦੀਆਂ ਪਲਕਾਂ ਨਾ ਹਿੱਲੀਆਂ ਅਤੇ ਮੁੱਖ ਤੋਂ ਕੋਈ ਵੀ ਬਚਨ ਨਾ ਬੋਲਿਆ। ਸਤਿਗੁਰੂ ਜੀ ਦੀ ਮਹਾਨ ਮਹਿਮਾ ਜਾਣੀ ਅਤੇ ਮਹਾਨ ਪ੍ਰੇਮ ਵਾਲੀ ਬੁੱਧੀ ਮਸਤਾਨੀ ਹੋ ਗਈ। ਪਹਿਲਾਂ ਹੀ ਜਿਸਦਾ ਹਿਰਦਾ ਬੜਾ ਸ਼ੁੱਧ ਸੀ, ਫਿਰ ਦਰਸ਼ਨ ਕਰਨ ਨਾਲ ਵੱਡਾ ਪ੍ਰੇਮ ਜਾਗਿਆ। ਇਸ ਤਰ੍ਹਾਂ ਮੱਖਣ ਸ਼ਾਹ ਦਾ ਮਨ ਪ੍ਰੇਮ ਨਾਲ ਰੰਗਿਆ ਗਿਆ। ਲੋਕ ਪ੍ਰਲੋਕ ਵਿੱਚ ਉਸਦੇ ਵੱਡੇ ਭਾਗ ਹੋ ਗਏ। ਪੂਰਨਮਾਸ਼ੀ ਦੇ ਚੰਦਰਮਾ ਵਾਂਗ ਵੇਖਦਾ ਸੀ। ਤਦ ਨੈਣ ਚਕੋਰ ਵਾਂਗ ਹੋ ਗਏ ਜਿਹੜੇ ਇੱਕ ਟੱਕ ਗੁਰੂ ਜੀ ਦੇ ਮੁੱਖ ਉੱਤੇ ਟਿਕੇ ਹੋਏ ਸਨ। ਸੂਰਜ ਵਰਗੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਹਿਰਦਾ ਕਮਲ ਵਾਂਗ ਖਿੜ ਗਿਆ। ਸਾਧਨਾ ਦੇ ਕਰਦਿਆਂ ਜਿਵੇਂ ਸਾਧੂ ਸਿੱਧੀ ਪ੍ਰਾਪਤ ਕਰ ਲਵੇ, ਇਸ ਤਰ੍ਹਾਂ ਆਨੰਦ ਧਾਰ ਕੇ ਬੈਠਾ ਸੀ। ਸੋ ਸਾਧ ਸੰਗਤ ਜੀ, ਇੱਥੇ 11ਵੀਂ ਰਾਸ ਦਾ 7ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।